ਪਿਛਲੇ ਹਫ਼ਤੇ 'ਚ ਕਾਫ਼ੀ ਜਿਹੜੀਆਂ ਭੰਡਾਰੀ ਪੁਲ ਦੇ ਇਰਦ ਗਿਰਦ ਬੀ ਡਿਵੀਜ਼ਨ ਦੇ ਵਿੱਚ ਔਰ ਰਾਮਬਾਗ ਥਾਣੇ ਦੇ ਵਿੱਚ ਜਿਹੜੀਆਂ ਕਾਫ਼ੀ ਸਨੈਚਿੰਗਸ ਜਿਹੜੀਆਂ ਹੋਈਆਂ ਸੀ, ਇਹਦੇ ਵਿੱਚ ਸਾਡੀ ਜੁਆਇੰਟ ਟੀਮ ਨੇ ਰਲ ਕੇ ਜਿਹੜੀ ਇਹ ਚੰਗੀ ਪ੍ਰਾਪਤੀ ਕੀਤੀ ਹੈ, ਜਿਹਦੇ ਵਿੱਚ ਇਹਨਾਂ ਨੇ ਜਿਹੜੇ ਤਿੰਨ ਬੰਦਿਆਂ ਨੂੰ ਅਰੈਸਟ ਕੀਤਾ, ਇੱਕ ਰਮਨਦੀਪ ਸਿੰਘ, ਪ੍ਰਿੰਸ ਏਲੀਅਸ ਮੋਟਾ ਅਤੇ ਆਸ਼ੂ ਪੰਡਿਤ, ਜਿਹੜਾ ਇਹਨਾਂ ਨੂੰ ਬਰਾਮਦ ਕਰਕੇ ਕੋਈ 20 ਦੇ ਕਰੀਬ ਜਿਹੜੀਆਂ ਵਾਰਦਾਤਾਂ ਆ ਉਹਨਾਂ ਦਾ ਜਿਹੜਾ ਇਹਨਾਂ ਨੇ ਖੁਲਾਸਾ ਕੀਤਾ, ਜਿਹਦੇ ਵਿੱਚ ਇੱਕ ਮੇਨ ਵਾਰਦਾਤ ਇੱਕ ਫੋਰਨਰ ਆਏ ਸੀਗੇ, ਉਹਨਾਂ ਨੂੰ ਆਟੋ 'ਤੇ ਜਾ ਰਹੇ ਸੀਗੇ, ਉਹਨਾਂ ਨੇ ਬੈਗ ਸਨੈਚ ਕੀਤਾ ਸੀ ਜਿਹਦੇ ਵਿੱਚ ਉਹਨਾਂ ਦੀ 175 ਗ੍ਰਾਮ ਦੇ ਜੁਐਲਰੀ ਸੀਗੀ ਕਰੀਬ, ਔਰ ਮੋਸਟਲੀ 6000 ਰੁਪਈਆ ਜੋ ਕਿ ਸਾਰੀ ਦੀ ਸਾਰੀ ਜਿਹੜੀ ਉਹ ਰਿਕਵਰ ਕਰ ਲਈ ਹੈ। ਔਰ ਇਹਦੇ ਵਿੱਚ ਜਿਹੜੀ ਇੱਕ ਮੋਹਿਤ ਕੁਮਾਰ ਏਲੀਅਸ ਚਾਬੀ ਨਾਮ ਦਾ ਬੰਦਾ ਜਿਹੜਾ ਇਹ ਭਗੌੜਾ ਆ, ਇਹਨਾਂ ਦੀ ਮੋਟਰ ਸਪਰੈਂਡੀ ਇਹ ਹੁੰਦੀ ਸੀ, ਇਹ ਭਰਾਵਾਂ ਦੇ ਢਾਬੇ ਦੇ ਉੱਤੇ ਇਹਨਾਂ ਨੇ ਉੱਥੋਂ ਪਹਿਲਾਂ ਮੋਟਰਸਾਈਕਲ ਚੋਰੀ ਕੀਤਾ ਸੀਗਾ, ਉਹਦੇ ਪਿੱਛੇ ਨੰਬਰ ਪਲੇਟ 'ਤੇ ਮਿੱਟੀ ਲਗਾ ਲੈਂਦੇ ਸੀ, ਔਰ ਉੱਥੋਂ ਹੀ ਦੇਖ ਲੈਂਦੇ ਸੀ ਕੋਈ ਵੀ ਜਿਸ ਤਰ੍ਹਾਂ ਕੋਈ ਫੋਰਨ ਦਾ ਜਾਂ ਕੋਈ ਅੱਛਾ ਲੇਡੀਜ਼ ਲੱਗਦੀ ਸੀ ਘਰਾਣੇ ਦੀ, ਵੀ ਇਹਦੇ ਕੋਲ ਸਮਾਨ ਕੋਈ ਜ਼ਿਆਦਾ ਹੋਏਗਾ ਉਹਦੇ ਪਿੱਛੇ ਲੱਗ ਜਾਂਦੇ ਸੀ, ਔਰ ਜਿੱਥੇ ਵੀ ਇਹਨਾਂ ਨੂੰ ਮੌਕਾ ਮਿਲਦਾ ਸੀ ਝਪਟ ਮਾਰ ਕੇ ਇਹ ਲੈ ਜਾਂਦੇ ਸੀ। ਇਹ ਪਿਛਲੇ 4 ਕੁ ਮਹੀਨਿਆਂ ਤੋਂ ਇਹ ਜਿਹੜੇ ਬੇਲ 'ਤੇ ਬਾਹਰ ਆਏ ਸੀਗੇ, ਔਰ ਇਹਨਾਂ ਦੇ ਪਹਿਲਾਂ 5-5 ਦੇ ਕਰੀਬ ਮੁਕੱਦਮੇ ਜਿਹੜੇ ਆ ਉਹ ਦਰਜ ਨੇ, ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਔਰ ਸਾਰਾ ਟੋਟਲੀ ਮਾਲ ਜਿਹੜਾ ਹੈ ਇਹਨਾਂ ਤੋਂ ਰਿਕਵਰ ਕਰ ਲਿਆ। ਹਾਂਜੀ, ਇਹ ਬਿਲਕੁਲ ਜਿਹੜੇ ਯਾਤਰੂ ਆਉਂਦੇ ਸੀਗੇ ਉਹਨਾਂ ਦੇ ਏਮ ਉਹਨਾਂ ਨੂੰ ਟਾਰਗੇਟ ਬਣਾਉਂਦੇ ਸੀ, ਔਰ ਭਰਾਵਾਂ ਦੇ ਢਾਬੇ ਤੋਂ ਮੋਸਟਲੀ ਉਹਨਾਂ ਦੇ ਪਿੱਛੇ ਲੱਗ ਜਾਂਦੇ ਸੀ, ਜਿੱਥੇ ਵੀ ਉਹਨਾਂ ਨੂੰ ਨਵਾਂ ਪੁਲ ਬਣਿਆ ਜਿਹੜਾ ਉਹਦੇ ਨੀਚੇ ਉਹਦੇ ਉੱਪਰ ਭੰਡਾਰੀ ਪੁਲ 'ਤੇ ਜਿਸ ਤਰ੍ਹਾਂ ਕੁਈਨ ਰੋਡ 'ਤੇ ਪਰਸੋਂ ਜਾ ਰਹੇ ਸੀਗੇ ਉੱਥੇ ਇਹਨਾਂ ਨਾਲ ਸਨੈਚਿੰਗ ਕੀਤੀ ਸੀ, ਉੱਥੇ ਜਿੱਥੇ ਦਾਅ ਲੱਗਦਾ ਸੀ ਉੱਥੇ ਸਨੈਚਿੰਗ ਕਰ ਲੈਂਦੇ ਸੀ। ਮੋਟਰਸਾਈਕਲ ਵੀ ਤਕਰੀਬਨ ਇਹਨਾਂ ਨੇ 3-4 ਮਹੀਨੇ ਪਹਿਲਾਂ ਜਿਹੜਾ ਹਾਂਜੀ ਚੋਰੀ ਕੀਤਾ ਸੀਗਾ, ਉਹਦਾ ਵੀ ਕੋਤਵਾਲੀ ਥਾਣੇ 'ਚ ਪਰਚਾ ਦਰਜ। ਜਿਹੜਾ ਆਸ਼ੂ ਪੰਡਿਤ ਫੜਿਆ ਇਹ ਕਾਫ਼ੀ ਨਸ਼ਾ ਕਰਦਾ, ਬਾਕੀ ਦੂਸਰੇ ਇਹ ਜਿਹੜੇ ਦੂਸਰੇ 2 ਮੁੰਡੇ ਇਹ ਨਹੀਂ ਕਰਦੇ। ਇਹਦੇ ਵਿੱਚ ਜਿਹੜੇ ਰਮਨਦੀਪ ਹੁਣੀ ਆ ਉਹਨਾਂ ਦੇ ਨਾਲ ਦੇ 3 ਬੰਦੇ ਹਜੇ ਫੜਨ ਵਾਲੇ ਆ, ਉਸ ਤੋਂ ਇਲਾਵਾ ਜਿਹੜਾ ਪ੍ਰਿੰਸ ਹੈਗਾ ਇੱਕ ਬੰਦਾ ਇਹਦੇ ਨਾਲ ਦਾ ਫੜਨ ਵਾਲਾ, ਔਰ ਇੱਕ ਮੋਹਿਤ ਫੜਨ ਵਾਲਾ, ਟੋਟਲ 4 ਬੰਦੇ ਹਜੇ ਹੋਰ ਅਰੈਸਟ ਕਰਨ ਵਾਲੇ ਆ, ਪਰ ਇਹਨਾਂ ਤਿੰਨਾਂ ਦੇ ਕੋਲੋਂ ਹੀ ਜਿਹੜੇ 3 ਫੜੇ ਨੇ, ਸਾਨੂੰ 20 ਦੇ ਕਰੀਬ ਜਿਹੜੀਆਂ ਵਾਰਦਾਤਾਂ ਉਹ ਟਰੇਸ ਹੋ ਗਈਆਂ, ਤੁਹਾਨੂੰ ਪ੍ਰੈਸ ਨੋਟ 'ਚ ਦੱਸਤਾ ਡਿਫਰੈਂਟ ਜਗ੍ਹਾ ਤੋਂ ਇਹਨਾਂ ਨੇ ਕੀਤੀ। ਇਹਨਾਂ ਦਾ ਸਾਰਾ ਟੋਟਲੀ ਜਿਹੜਾ ਵੀ ਇਹਨਾਂ ਦਾ ਨਿਊਜ਼ੀਲੈਂਡ ਵਾਲਿਆਂ ਦਾ ਸੋਨਾ ਸੀਗਾ 175 ਗ੍ਰਾਮ ਦੇ ਕਰੀਬ, 6000 ਰੁਪਈਆ ਸੀਗਾ ਉਹ ਬਰਾਮਦ ਕਰ ਲਿਆ, ਬਾਕੀ ਇਹਨਾਂ ਨੇ ਜਿਹੜੇ 15-16 ਮੋਬਾਈਲ ਜਿਹੜੇ ਸਨੈਚ ਕੀਤੇ ਸੀ ਇਹ ਸਾਰੇ ਦੇ ਸਾਰੇ ਅਸੀਂ ਰਿਕਵਰ ਕਰ ਲਏ। ਸਰ ਆਮ ਦੇਖਣ 'ਚ ਆਉਂਦਾ ਜਦ ਵੀ ਕੋਈ ਕ੍ਰਾਈਮ ਹੁੰਦਾ ਔਰ ਉਹਦੀ ਇਨਵੈਸਟੀਗੇਸ਼ਨ ਹੁੰਦੀ ਹੈ, CCTV ਬਹੁਤ ਕੰਮ ਆਉਂਦੇ ਆ, ਪਰ ਲੋਕ ਹਾਲੇ ਵੀ ਅਵੇਅਰ ਨਹੀਂ। ਅਜੇ ਸਾਡੇ ਰਾਹੀਂ ਲੋਕਾਂ ਨੂੰ ਕੀ ਬੇਨਤੀ ਕਰਨੀ ਚਾਹੋਗੇ? ਅਸੀਂ ਇਹੋ ਰਿਕੁਐਸਟ ਕਰਾਂਗੇ ਵੀ ਜਿਹੜੇ ਵੀ ਉਹਨਾਂ ਦੇ ਕੈਮਰੇ ਲੱਗੇ, ਇੱਕ ਤਾਂ ਚੱਲਦੀ ਹਾਲਤ 'ਚ ਹੋਣ, ਕੈਮਰੇ ਮੋਰ ਦੈਨ ਸਫੀਸ਼ੈਂਟ ਲੱਗੇ ਹੋਏ ਆ, ਚੱਲਦੀ ਹਾਲਤ ਦੇ ਹੋਣ, ਔਰ ਚੰਗੀ ਤਰ੍ਹਾਂ ਜਿਹੜਾ ਬਾਹਰ ਵਾਲਾ ਜਿਹੜਾ ਵਿਊ ਆ ਉਹਨੂੰ ਕਵਰ ਕਰਦੇ ਹੋਣ, ਜਿਹਦੇ ਨਾਲ ਕੋਈ ਮਾੜਾ ਬੰਦਾ ਜਾਂ ਜਿਸ ਦੀ ਸਾਨੂੰ ਜ਼ਰੂਰਤ ਹੋਵੇ ਕੋਈ ਮਾੜੀ ਵਾਰਦਾਤ ਕਰਕੇ ਜਾਵੇ, ਸਾਨੂੰ ਲੋੜ ਪੈਣ 'ਤੇ ਅਸੀਂ ਉਸਦਾ ਜਿਹੜਾ ਉਹਨੂੰ ਕੈਪਚਰ ਹੋ ਕਰ ਸਕੇ ਔਰ ਉਹਨੂੰ ਅਸੀਂ ਉਹਦਾ ਫੁਟੇਜ ਲੈ ਸਕੀਏ। ਸਰ 24 ਘੰਟੇ ਦੇ ਅੰਦਰ ਇਹ ਵਾਰਦਾਤ ਸੌਲਟ ਆਊਟ ਹੋਈ ਹੈ, ਕੀ ਕੈਮਰੇ ਹੈਲਪਫੁਲ ਹੋਏ ਨੇ ਜਾਂ ਕੁਛ ਹੋਰ ਵੀ ਤੁਹਾਡੀ? ਇਹਦੇ 'ਚ ਕੁਛ ਹਿਊਮਨ ਸੋਰਸਿਸ ਅਤੇ ਕੁਛ ਟੈਕਨੀਕਲ ਜਿਹੜੀ ਸਾਡੀ ਇਨਫੋਰਮੇਸ਼ਨ ਸੀਗੀ ਉਹਦੇ ਬਿਹਾਫ ਦੇ ਉੱਤੇ ਅਸੀਂ ਇਹਨੂੰ ਰਿਕਵਰ ਕੀਤਾ। ਨਹੀਂ, ਫੁਟੇਜ ਤਾਂ ਆਈ ਸੀਗੀ ਪਰ ਹਨੇਰਾ ਹੋਣ ਕਰਕੇ ਜਿਹੜਾ ਉਹ ਸਾਨੂੰ ਕਲੀਅਰ ਨਹੀਂ ਮਿਲ ਸਕਦਾ। ਪੁਰਾਣਾ ਕਿਹੜਾ? ਤਾਜ਼ਾ ਹੀ ਆ।